ਇਹਨਾਂ ਦਾ ਮੌੜ ਦਾ ਜਿਹੜਾ ਇੱਕ ਵਾਕਿਆ ਹੋਇਆ ਸੀ, ਬੰਬ ਕਾਂਡ ਹੋਇਆ ਸੀ, ਉਹ ਵੀ ਇਹਨਾਂ ਨੇ ਜਿਹੜਾ ਹੈ ਰੱਦੀ ਬੱਦੀ ਕਰ ਦਿੱਤਾ ਹੈ, ਉਹਦੇ 'ਚ ਵੀ ਜਿਹੜਾ ਹੈ ਮਾਮਲਾ ਡੇਰੇ 'ਤੇ ਜਾਂਦਾ ਸੀ। ਸੋ ਇਹ ਬਾਦਲਾਂ ਦੀ ਬੇਈਮਾਨੀ ਜਿਹੜੀ ਹੈ ਇਹ ਰਾਜਨੀਤਿਕ ਤੌਰ 'ਤੇ ਉਹ ਇੰਨੇ ਗਿਰਾਵਟ 'ਚ ਆ ਗਏ ਨੇ ਵੀ ਉਹਨਾਂ ਨੂੰ ਸਿੱਖ ਧਰਮ ਵਧੀਆ ਕਰ ਦਿੱਤਾ ਹੈ, ਉਹਦੇ 'ਚ ਵੀ ਜਿਹੜਾ ਹੈ ਮਾਮਲਾ ਡੇਰੇ 'ਤੇ ਜਾਂਦਾ ਸੀ। ਸੋ ਇਹ ਬਾਦਲਾਂ ਦੀ ਬੇਈਮਾਨੀ ਜਿਹੜੀ ਹੈ ਇਹ ਰਾਜਨੀਤਿਕ ਤੌਰ 'ਤੇ ਉਹ ਇੰਨੇ ਗਿਰਾਵਟ 'ਚ ਆ ਗਏ ਨੇ ਵੀ ਉਹਨਾਂ ਨੂੰ ਸਿੱਖ ਧਰਮ ਦੀ ਮਾਨਤਾ ਜਾਂ ਸਿੱਖ ਧਰਮ 'ਚੋਂ ਆਪਣੇ ਆਪ ਨੂੰ ਕਹਿੰਦੇ ਹੋਏ ਵੀ ਉਹਨਾਂ ਨੇ ਉਹ ਕਾਰੇ ਕੀਤੇ ਨੇ ਜਾਂ ਉਹ ਗੱਲਾਂ ਗਲਤ ਕੀਤੀਆਂ ਨੇ ਜਿਹੜੀਆਂ ਕਦੀ ਇਤਿਹਾਸ 'ਤੇ ਸਿੱਖਾਂ ਨੇ ਨਹੀਂ ਕੀਤੀਆਂ। ਖਾਸ ਕਰਕੇ ਸਿੱਖ ਹੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਦੇ ਵਿੱਚ ਭਾਗੀਦਾਰ ਹੈ ਤਾਂ ਫਿਰ ਆਸ ਕਿੱਥੋਂ ਹੋ ਸਕਦੀ ਇਨਸਾਫ ਦੀ? ਬਾਕੀ ਤਾਂ ਇਨਸਾਫ ਦੇਣ ਦੀ ਗੱਲ ਜਿਹੜੀ ਹੈਗੀ ਆ ਉਹ ਲੰਬੀ ਹੈ। ਚੱਲ ਸਾਹਿਬ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਅਤੇ ਇਹਦੇ ਵਿੱਚ ਗੱਲ ਬਿਲਕੁਲ ਤੁਹਾਡੀ ਸੱਚੀ ਹੈ ਕਿ ਜੀ ਗੁਰਬਾਣੀ ਦੇ ਵਿੱਚ ਵੀ ਇੱਕ ਤੁੱਕ ਆਉਂਦੀ ਹੈ ਕਿ ਜਿਹੜੇ ਲੋਕ ਨੇ ਲੋਗਨ ਰਾਮ ਖਿਲੋਣਾ ਜਾਣਾ, ਵੀ ਲੋਕਾਂ ਨੇ ਰੱਬ ਨੂੰ ਜਿਹੜਾ ਕਿ ਇੱਕ ਮਜ਼ਾਕ ਸਮਝਿਆ ਹੋਇਆ, ਗੁਰੂ ਗ੍ਰੰਥ ਸਾਹਿਬ ਨੂੰ ਵੀ ਜਿਹੜਾ ਕਿ ਅਸੀਂ ਦੇਖੀਏ ਕਦੇ ਕੋਰਟਾਂ 'ਚ ਜਾਣਾ, ਕਦੇ CBI ਦੇ ਕੋਲ ਜਾਣਾ, ਉਹਦੇ ਕੇਸ ਕਦੇ ਸਿੱਟ ਬਣਾਉਣੀ, ਸਿੱਟ ਬਣਾਉਣ ਤੋਂ ਕੈਂਸਲ ਕਰ ਦੇਣੀ, ਬਹੁਤ ਮੰਦਭਾਗੀ ਗੱਲ ਹੈ। ਪਰ ਮੇਰਾ ਆਖਰ ਵਿੱਚ ਇੱਕ ਇਹ ਸਵਾਲ ਜ਼ਰੂਰ ਹੈ ਤੁਹਾਨੂੰ ਪੁੱਛਣਾ ਅਤੇ ਉਹਦਾ ਸੁਝਾਅ ਵੀ ਚਾਹੀਦਾ। ਹੁਣ ਜਿਹੜੇ ਸਿੱਖ ਮਾਹਿਰ ਨੇ, ਸਿੱਖ ਕਾਨੂੰਨੀ ਮਾਹਿਰ ਨੇ ਜਾਂ ਰਾਜਨੀਤਿਕ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦਾ ਇੱਥੇ ਵਰਤਾਰਾ ਕਰਨਾ ਚਾਹੀਦਾ ਜੇ ਇਨਸਾਫ ਲੈਣਾ ਚਾਹੁੰਦੇ, ਜੇ ਸਿੱਖ ਦੀ ਸ਼ਾਖ ਵਿੱਚ ਆਉਣਾ ਚਾਹੁੰਦੇ ਨੇ, ਕਿਸ ਤਰ੍ਹਾਂ ਦਾ ਕਰਨਾ ਚਾਹੀਦਾ? ਹੁਣ ਦੇਖੋ, ਇਹ ਜਿਹੜਾ ਆਪਾਂ ਦੀ ਜਿਹੜੀ ਰਾਜਨੀਤਿਕ ਸਾਡੀਆਂ ਪਾਰਟੀਆਂ ਨੇ ਜਿਹੜੀਆਂ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੀਆਂ ਨੇ ਜਾਂ ਜਿਹੜੇ ਸਿੱਖ ਜਿਹੜੇ ਸਮਾਜ ਦੇ ਵਿੱਚ ਇਹ ਚਾਹੁੰਦੇ ਸਿੱਖਾਂ ਦਾ ਵੀ ਭਲਾ ਹੋਵੇ, ਸਰਬੱਤ ਦਾ ਭਲਾ ਹੋਵੇ, ਪੰਜਾਬ ਦਾ ਵੀ ਭਲਾ ਹੋਵੇ, ਮੁਲਕ ਦਾ ਵੀ ਭਲਾ ਹੋਵੇ, ਦੁਨੀਆ ਦਾ ਵੀ ਭਲਾ ਹੋਵੇ, ਉਹ ਇਹ ਗੱਲ ਨੂੰ ਜਿਹੜੀ ਹੈ ਸਹਿਮਤੀ ਦਿੰਦੇ ਨੇ। ਇਹ ਗੱਲ ਕਹਿੰਦੇ ਨੇ ਵੀ ਇਸ ਵਾਤਾਵਰਨ 'ਚ ਭਾਵੇਂ ਉਹ ਰਾਜਨੀਤਿਕ ਹੈ, ਭਾਵੇਂ ਉਹ ਸਰਕਾਰੀ ਤੰਤਰ ਹੈ ਅਤੇ ਚਾਹੇ ਅਦਾਲਤਾਂ ਨੇ, ਇਹਨਾਂ ਤੋਂ ਇਨਸਾਫ ਨਹੀਂ ਮਿਲਣਾ ਸਾਨੂੰ। ਔਰ ਜਾਪਦਾ ਹੈ ਵੀ ਇਨਸਾਫ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਇਹਨਾਂ 'ਚ ਅਦਾਲਤੀ ਇਨਸਾਫ ਮਿਲਣਾ ਬਹੁਤ ਦੂਰ ਦੀ ਗੱਲ ਹੈ। ਬੜੀ ਸਾਦੀ ਜਿਹੀ ਗੱਲ ਹੈ ਵੀ ਜਿਹੜੇ ਇਹ ਸਾਰੇ ਕ੍ਰਾਈਮ ਹੁੰਦੇ ਆ ਨਾ ਜੀ, ਇਹ ਇੱਕ SHO ਲੈਵਲ ਜਿਹੜਾ ਹੈ ਥਾਣੇਦਾਰ ਦਾ, ਜਿਹਨੂੰ 2 ਸਟਾਰ ਲੱਗੇ ਹੁੰਦੇ, ਸਬ ਇੰਸਪੈਕਟਰ ਜਿਹਨੂੰ ਕਹਿੰਦੇ ਹਾਂ, ਕਿਤੇ ਇੰਸਪੈਕਟਰ ਵੀ ਲੱਗੇ ਨੇ, ਇਹਨਾਂ ਦੀ ਡਿਊਟੀ ਬਣਦੀ ਸਾਰੀ ਇਨਵੈਸਟੀਗੇਸ਼ਨ ਕਰਨ, ਕਿਉਂਕਿ SHO ਜਿਹੜਾ ਹੈ ਥਾਣੇ ਦਾ ਉਹਦਾ ਸਾਰੇ ਦਾ ਸਾਰਾ ਕੰਟਰੋਲ ਹੁੰਦਾ ਇਸ ਸਿਸਟਮ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਦਾ। ਜਿਹੜੀ ਉਹਦੀ ਹੱਦ ਦੇ ਵਿੱਚ ਕ੍ਰਾਈਮ ਹੁੰਦਾ ਹੈ ਉਹਨੇ ਇਨਵੈਸਟੀਗੇਸ਼ਨ ਕਰਨੀ ਹੈ, ਚਾਹੇ ਆਪ ਕਰੇ ਚਾਹੇ ਆਪਣੇ ਜਿਹੜੇ ਨਾਲ ਦੇ ਹੁੰਦੇ ਉਹਦੇ ਸਾਥੀ ਉਸ ਪੁਲਿਸ ਸਟੇਸ਼ਨ 'ਚ ਉਹ ਕਰਨ। ਲੇਕਿਨ ਉਸ ਲੈਵਲ ਤੋਂ ਹੌਲੀ ਹੌਲੀ ਆਪਾਂ ਕਿੱਡੀ ਦੂਰ ਚਲੇ ਗਏ, ਜਿਸ ਤਰ੍ਹਾਂ ਇਸ ਸਿੱਟ ਦੀ ਗੁਰੂ ਗ੍ਰੰਥ ਸਾਹਿਬ ਦੀ ਸਿੱਟ ਦੀ ਲਈਏ ਹਾਂ, ਕਦੀ ਇਹਨੂੰ CBI ਵੱਲ ਭੇਜ ਦਿੰਦੇ ਨੇ, ਕਦੀ ਆਪਣੀ ਪੰਜਾਬ ਦੀ ਪੁਲਿਸ ਜਿਹੜੀ ਕਿਸੇ ਬੰਨੇ ਨਹੀਂ ਲੱਗਣ ਦਿੰਦੀ, CBI ਰਿਪੋਰਟ ਕਰ ਦਿੰਦੀ ਵੀ ਇਸ ਕੇਸ 'ਚ ਕੋਈ ਗਵਾਹੀ ਨਹੀਂ ਮਿਲਦੀ, ਉਹ ਕੇਸ ਬੰਦ ਕਰ ਦਿੰਦੀ ਆ, ਉਹ ਫਿਰ ਜਦੋਂ ਨਵੀਂ ਸਿੱਟ ਹੁੰਦੀ ਆ CBI ਫਿਰ ਲੱਤ ਫਸਾ ਲੈਂਦੀ ਵੀ ਨਹੀਂ ਜੀ ਅਸੀਂ ਤਾਂ ਅਜੇ ਕੇਸ ਦੀ ਦੁਬਾਰਾ ਇਨਵੈਸਟੀਗੇਸ਼ਨ ਕਰਨੀ ਆ, ਉਹ ਇਨਕਾਰ ਕਰ ਦਿੱਤੀ ਜਾਂਦੀ, ਉਹ ਸੁਪਰੀਮ ਕੋਰਟ ਜਾਂਦੇ ਨੇ ਵੀ ਸਾਨੂੰ ਇਹਦੀ ਇਨਵੈਸਟੀਗੇਸ਼ਨ ਦੱਸੋ ਜੀ, ਜਦੋਂ ਤੁਹਾਡੇ ਕੋਲ ਵਾਪਸ ਲੈ ਲਈਏ ਤੁਹਾਡਾ ਕੀ ਇੰਟਰਸਟ ਹੈ, ਤੁਸੀਂ ਕਿਉਂ ਇੰਨਾ ਜਿਹੜਾ ਹੈ ਇਸ 'ਤੇ ਵਜੇ ਦੇ ਹਾਂ ਵੀ ਸਾਡੀ ਹੋਣੀ ਜੀ? ਉਹਦਾ ਕਾਰਨ ਸੀ ਰਾਜਨੀਤਿਕ ਤੌਰ 'ਤੇ ਦਿੱਲੀ ਵੀ ਨਹੀਂ ਚਾਹੁੰਦੀ, ਬਾਦਲ ਵੀ ਨਹੀਂ ਸੀ ਚਾਹੁੰਦਾ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ। ਤਦੇ CBI ਨੇ ਪਹਿਲੇ ਗਲਤ ਰਿਪੋਰਟ ਦਿੱਤੀ, ਫਿਰ ਉਹਨਾਂ ਨੇ ਜਿਹੜੀ ਹੈ ਵਿੱਚ ਜਿਹੜੀ ਹੈ ਲੱਤ ਫਸਾਲੀ ਵੀ ਅਸੀਂ ਫਿਰ ਕਰਨੀ ਆ। ਇਸ ਕਰਕੇ ਜਿਹੜੀ ਨਵੀਂ ਹੋਈ ਆ, ਨਵੀਂ ਹੁਣ ਏਡੇ ਵੱਡੇ ਅਫਸਰ ਹੋਣ ਵੀ ਇੱਕ DGP ਰੈਂਕ ਅਡੀਸ਼ਨਲ DGP ਰੈਂਕ ਦਾ ਹੋਵੇ, ਉਸ ਤੋਂ ਬਾਅਦ 2 IG ਹੋਣ, ਇੱਕ ਹੋਰ ਜਿਹੜਾ DIG ਦੇ ਲੈਵਲ ਦਾ ਆਦਮੀ ਹੋਵੇ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ, ਫਿਰ ਵੀ ਉਹਦੇ 'ਤੇ ਇਤਬਾਰ ਨਹੀਂ? ਜੇ ਇਤਬਾਰ ਨਹੀਂ, ਨਵੀਂ ਜਿਹੜੀ ਆਈ ਹੈ ਸਿੱਟ, ਉਹਦੇ 'ਚ ਵੀ ਇਹੋ ਖਾਮੀਆਂ ਹੋ ਸਕਦੀਆਂ ਨੇ। ਮਤਲਬ ਆ ਵੀ ਜਿਹੜਾ ਇੱਕ ਥਾਣੇਦਾਰ ਸਬ ਇੰਸਪੈਕਟਰ ਨੇ ਇਨਵੈਸਟੀਗੇਸ਼ਨ ਕਰਨੀ ਸੀ, ਉਹਦਾ ਏਡੀ ਵੱਡੀ ਸਿੱਟ ਬਣਾ ਕੇ ਇਨਵੈਸਟੀਗੇਸ਼ਨ ਕਰਾ ਕੇ ਗਲਤ ਕਰਾਰ ਹੋ ਗਈ, ਅਤੇ ਜਿਹੜੀ ਨਵੀਂ ਸਿੱਟ ਆਈ ਆ ਇਹ ਕਿਹੜੀ ਦੁੱਧ ਧੋਟੀ ਹੋਏਗੀ? ਇਹਦੇ 'ਚ ਵੀ ਉਹ ਅਫਸਰ ਤਾਂ ਉਸੇ ਤਰ੍ਹਾਂ ਦੇ ਆ ਵਿਜੇ ਪ੍ਰਤਾਪ ਸਿੰਘ ਦੇ। ਇੱਕ ਗੱਲ ਤਾਂ ਉਹਦੇ ਕ੍ਰੈਡਿਟ ਨੂੰ ਜਾਂਦੀ ਹੈ ਨਾ ਵੀ ਉਹ ਇਮਾਨਦਾਰ ਸੀ। ਹਰ ਕੋਈ ਇਹ ਪੰਜਾਬ ਦੇ ਵਿੱਚ ਬੱਚਾ ਇਸ ਗੱਲ ਨੂੰ ਸ਼ਾਦੀ ਭਰਦਾ ਹੈ ਵੀ ਇਸ ਨਾਲ ਦਾ ਜਿਹੜਾ ਹੈ ਇਮਾਨਦਾਰ ਆਦਮੀ ਪੁਲਿਸ ਦੇ ਵਿੱਚ ਬਹੁਤ ਘੱਟ ਨੇ। ਉਹਦੀ ਇਮਾਨਦਾਰੀ ਜਿਹੜੀ ਹੈ ਉਹ ਵੀ ਕਿਸੇ ਬੰਨਾ ਨਾਲ ਰਹਿ ਗਈ, ਉਹਦੀ ਜਿਹੜੀ ਇੰਨੀ ਮਿਹਨਤ ਕੀਤੀ ਸੀ ਉਹ ਵੀ ਜਿਹੜੀ ਹੈ
गलत करार दी जजमेंट के तो जी नवी सिट है वो की गरंटी है कि वो जी इन्वेस्टिगेशन है वो बिल्कुल दुध धोती होएगी तो जे दुध धोती भी होएगी फिर अदालतों का हक हकूक है उन्होंने वेखना जे अगे वेखी गई है फिर अदालत कह सकती जो पूरी हो जाए चलान दे दे भी हाँ जी असी वेखते हैं ये की गलतियां ने फिर जी सैटिसफाइड हो जाऊगी एक इस तरह का जोड़ा गलत सर्कल बन गया है भी ये इन्वेस्टिगेशन इन्ह केसों की किसी बन्ने लगनी नहीं क्योंकि राजनीतिक जोड़ा सिस्टम वह भी साढ़े खिलाफ है पुलिस वाले भी कोई जोड़ा सुहिरद गल नहीं बनती क्योंकि जे पहले डी जी पी भी है सी इतने जो तो इंसीडेंट होए ने ये डी जी पी लैवल दे बंदे दे ये गल ना हो भी साढ़े स्टेट एडा वड्डा क्राइम होया जिद सारी सिख कम्यूनिटी इनवॉल्व तो यदि इन्वेस्टिगेशन प्रॉपर होनी चाहिए वह भी सुता रहा वो इस करके सुता रहा भी वो पोलीटिकल बॉस जोड़े से बादल ज होम मिनिस्टर ज चीफ मिनिस्टर वो इस गल किस बने लगन नहीं सी देंगे सो इस करके जी आने वाला समा दसता है कि यदि इन्वेस्टिगेशन पहले तो 6 महीने शायद वह ना कर सकन उन्होंने जो 6 महीने की गल पूरी होने वाली गई फिर हाई कोर्ट जाके दरखास्त दे देंगे भी एक्सटेंशन दो जी हाई कोर्ट एक्सटेंशन देन लगी भावें उपरों ये गल कहे भी नहीं जी तुम 6 महीने क्यों नहीं किया क्यों नहीं किया फिर भी एक्सटेंशन उन्होंने देनी पैनी इनकंप्लीट इन्वेस्टिगेशन तो रहनी देनी सो यदी जी 6 महीने की पाबंदी पाई है वो तो इस तरह की पूर्ति भी प्रेफेबली अलग लिख दिता ये तो नहीं गया भी 6 महीनों के पूरी करनी करनी है वैसे तो कानूनी तौर पर यह है भी 3 महीनों के वध तो वध जरा औखे तो औखा 302 का मर्डर केस है वो 3 महीनों इन्वेस्टिगेशन पूरी करो जे ना पूरी करो मुलजमान जमानत मिल जाएगी तो जे उ 3 महीनों के हुण बेअंत सिंह मर्डर केस ही बड़ा कंप्लीकेटड सी उन्होंने 3 महीनों के चलान पेश कर दिता 10-11 आदमी जोड़े उन्होंने ट्रायल होया ट्रायल होने बाद कुछ बरी हो गए कुछ कैद हो गई सो जी इन्वेस्टिगेशन है हुण सरकार कोई एड्डी वड्डी पावर है 3 वड्डे बहुत वड्डे अफसर ला दिते ने सारे का सारा अमला फैला उन्होंने कोल है जे इन्वेस्टिगेशन वो दरअसली इंटरस्टड होण ईमानदार होण वो इन्वेस्टिगेशन 6 महीने तो पहले ही 4 महीने 3 महीने करके चलान देन दे काबल हैगे ने लेकिन वो नहीं करनगे उहदा कारण है इस केस दे विच राजनीतिक तरह बहुत वड्डी तरह बुरी तरह फसियां ने जिस तरह कंवर विजय प्रताप सिंह ने यह दस दी है कि इन्वेस्टिगेशन दे दौरान बड़ियां परेशानियां पैदा हुईयां ने मैनू डराया गया धमकाया गया जिहड़ा मेरे नाल परेशानियां पैदा हुईयां ने सो ये भी उही पोलीटिकल पार्टियां तो साडियां उही ने जिहड़ियां पहले उत्थे गड़बड़ करदियां रहियां ने वो हुण कित्थों चाहणगियां भी इहदी इन्वेस्टिगेशन ठीक हो जाए वो कित्थों चाहणगियां भी जिहड़े दरअसल रीयल आदमी है उहनां नूं जिहड़ा है प्रोसीक्यूट हो जाए हुण जजमेंट च ये गल जिहड़ी है एक बड़ी गड़बड़ वाली आ गई है कि प्रकाश सिंह बादल जां जिहड़ा है होम मिनिस्टर चाहे डी जी पी उस वेले दा वो इहो जिहा क्राइम नहीं कमिट कर सकते क्यों नहीं कर सकते सारा झगड़ा तो उत्थे ही पैंदा है भी इहनां दा कसूर है इन्हां ने जिहड़े इंसीडेंट कराए ने फिर उत्थे जाके जिहड़ियां वारदातां होईयां ने वो इन्हां दे करके होईयां ने ये बिल्कुल इन्हां दी मिंट मिंट दी इन्हां दी उस वेले खबर सी हैगी एक दूजे दे नाल जे इस तरह का इंसीडेंट जिहड़ा कोटकपूर होया उहदी मुख्यमंत्री मिंट मिंट की गल कर रहा है इहदा मतलब आ उहदी जिहड़ी है उस तों इह जिहड़ी हैगी उहनां नूं पता सी भी इह गल जिहड़ी है इह हो जाए चाहे जे उन्होंने ऑर्डर दिता भी तुसी खाली कराओ जो मर्जी हो जाए तो उन्होंने वो गल जी कर दी हूँ ये सब तो चंगा जिहड़ा गवाह सी वह पंदेर सी गुरदीप सिंह जिहड़ा वो वादे मक गवाह बन गया वो दसेगा आण के भी कितों हुक्म आया क्योंकि इंचार्ज वो सी उस वेले वो दसेगा भी कौन कौन उत्थे जिहड़ा किन्हां ने गोली चलाई किन्हां ने चोटां लाईयां किन्हां ने की गड़बड़ की उहदा बयान जिहड़ा सी वो लिखिया गया अपरूवर बन ली मजिस्ट्रेट बयान लिखता है अपने हाथ ना लिखता है जदों वो बयान लिखता वह हों चाहे जिदा बयान लिखता वह हों बाकी कोई पुलिस वाला नहीं हों ना वह मुलाजम हों मौका दिता जाता है भी भाई ये बयान तेरे खिलाफ वरत्या जा सकता है तू बयान देना चाहे नहीं देना ये तेरी मर्जी है तेरे से कोई दबाव है चाहे तेन कोई परेशानी है तो तू तरीक लैक सकता उन्होंने तरीक दे दी जाती है मजिस्ट्रेट अपने आप को पूरी तरह तसली करके
ਵੀ ਬੰਦਾ ਬਿਲਕੁਲ ਆਪਣੀ ਜਿਹੜਾ ਹੈ ਮਰਜ਼ੀ ਨਾਲ ਬਿਆਨ ਦਿੰਦਾ ਹੈ ਤਾਂ ਇਹ ਬਿਆਨ ਲਿਖਦਾ ਹੈ, ਲੇਕਿਨ ਜਜਮੈਂਟ ਦੇ ਵਿੱਚ ਇਹ ਵੀ ਗਲਤ ਕਰ ਦਿੱਤਾ ਹੈ ਵੀ ਨਹੀਂ ਜੀ ਉਹਦੀ ਜਿਹੜੀ ਹੈਗੀ ਆ ਅਪਰੂਵਰ ਜਾਂ ਉਹਨੂੰ ਜਿਹੜਾ ਵਹਿਜਮਾਕ ਬਣਾਇਆ ਗਿਆ ਹੈ ਉਹ ਦਬਾਅ ਪਾ ਕੇ ਪਾਇਆ, ਉਹਨੂੰ ਪਰੇਸ਼ਾਨ ਕਰਕੇ ਦਿੱਤਾ ਆਇਆ ਗਿਆ। ਹੁਣ ਇਹ ਅਦਾਲਤ ਦੀ ਇਹ ਹਾਈ ਕੋਰਟ 'ਚ ਗੱਲਾਂ ਨਹੀਂ ਸੀ ਕੀਤੀਆਂ ਜਾ ਸਕਦੀਆਂ, ਇਹ ਸਿਰਫ ਤਾਂ ਸਿਰਫ ਜੇ ਵੇਖਣਾ ਸੀ ਅਤੇ ਟ੍ਰਾਇਲ ਕੋਰਟ ਨੇ ਵੇਖਣਾ ਸੀ ਜਿਨ੍ਹਾਂ ਨੇ ਕੇਸ ਕਰਨਾ ਸੀ। ਹੁਣ ਜਦੋਂ ਇਹ ਗੱਲ ਜਜਮੈਂਟ 'ਚ ਗਲਤ ਦੇ ਦਿੱਤੀ ਆ, ਇਹਦਾ ਮਤਲਬ ਜੋ ਕੀਤਾ ਸਾਰਾ ਮਜਿਸਟ੍ਰੇਟ ਨੇ ਗਲਤ ਕੀਤਾ, ਥਾਣੇਦਾਰ ਨੇ ਤਾਂ ਜਾ ਕੇ ਜਾਂ ਜਿਹੜਾ ਇਨਵੈਸਟੀਗੇਟਿੰਗ ਆਫਿਸਰ ਸੀ ਉਹਨ ਬੰਦਾ ਜਾ ਕੇ ਅਦਾਲਤ 'ਚ ਪੇਸ਼ ਕਰ ਦਿੱਤਾ ਵੀ ਇਹ ਵਹਿਜਮਾਕ ਗਵਾਹ ਪੜਨਾ ਚਾਹੁੰਦਾ, ਅਤੇ ਅੱਗੇ ਸਾਰੀ ਦੀ ਸਾਰੀ ਕਾਰਵਾਈ ਮਜਿਸਟ੍ਰੇਟ ਨੇ ਕੀਤੀ ਹੈ। ਇਹਦਾ ਮਤਲਬ ਮਜਿਸਟ੍ਰੇਟ ਨੇ ਗਲਤ ਕਾਰਵਾਈ ਕੀਤੀ ਹੈ, ਜਿਹੜਾ ਕਿ ਇਹਦੇ 'ਤੇ ਕੋਈ ਜਿਹੜਾ ਹੈ ਕਿੰਤੂ ਪਰੰਤੂ ਹਾਈ ਕੋਰਟ 'ਚ ਨਹੀਂ ਸੀ ਕੀਤਾ ਜਾ ਸਕਦਾ, ਇਹ ਗੱਲ ਜਿਹੜੀ ਸੀ ਇਹ ਟ੍ਰਾਇਲ ਕੋਰਟ 'ਚ ਹੋ ਸਕਦੀ। ਸੋ ਕਸੂਰ ਜੇ ਮਜਿਸਟ੍ਰੇਟ ਦਾ ਹੋਵੇ ਵੀ ਪਹਿਲੇ ਤਾਂ ਹੋਣਾ ਨਹੀਂ, ਕਿਉਂਕਿ ਹੁਣ ਜਿਹੜੀ ਡਿਊਟੀ ਸੀ ਉਹਨੂੰ ਤਸੱਲੀ ਕਰ ਲਈ ਵੀ ਤੁਸੀਂ ਗਵਾਹੀ ਦੇਣੀ ਹੈ ਤਾਂ ਮਰਜ਼ੀ ਦਿਆ, ਨਹੀਂ ਦੇਣੀ ਤਾਂ ਵੀ ਮਰਜ਼ੀ ਹੈ। ਕਸੂਰ ਉਹਦਾ ਹੋਣ ਕਰਕੇ ਚੁੱਕ ਕੇ ਉਹਦਾ ਸਿਰ ਮਾਰ ਦਿੱਤਾ ਇਨਵੈਸਟੀਗੇਟਿੰਗ ਆਫਿਸਰ 'ਤੇ, ਜਿਹੜਾ ਕਿ ਬਿਲਕੁਲ ਗੈਰ ਕਾਨੂੰਨੀ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਸੋ ਐਸੀਆਂ ਗੱਲਾਂ ਨੇ ਜਿਹੜੀਆਂ ਇਹ ਸ਼ੋਅ ਕਰਦੀਆਂ ਨੇ ਵੀ ਇਸ ਫੈਸਲੇ ਨੇ ਹਾਈ ਕੋਰਟ ਦੇ ਨੇ ਉਹੀ ਸਥਿਤੀ ਪੈਦਾ ਕਰ ਦਿੱਤੀ ਜੋ 2015 'ਚ ਸੀ। ਮਤਲਬ 6 ਸਾਲ ਦਾ ਵਕਫਾ ਜਿਹੜਾ ਹੈ ਉਹਦੇ ਨਾਲ ਕੋਈ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ, ਮਿਲਣ ਦੀ ਆਸ ਜਿਹੜੀ ਜਿਸ ਤਰ੍ਹਾਂ ਮੈਂ ਕਰ ਦਿੱਤਾ ਹੈ ਵੀ ਆਉਣ ਵਾਲੇ ਗੱਲਾਂ ਵੀ ਪੋਲੀਟੀਕਲ ਬੰਦੇ ਵੀ ਉਹੀ ਨੇ, ਕਾਂਗਰਸ 'ਚ ਆ ਜਾਣ ਚਾਹੇ ਅਕਾਲੀ ਦਲ ਆ ਜਾਣ ਚਾਹੇ ਹੋਰ ਜਿਹੜਾ ਕੋਈ ਉਹਨਾਂ ਦਾ ਤੀਜਾ ਧਿਰਾ ਜੇ, ਉਹਨਾਂ ਨੂੰ ਵੀ ਇਹ ਗੱਲਾਂ ਜਿਹੜੀਆਂ ਸੋਚਣੀਆਂ ਪੈਣੀਆਂ ਵੀ ਵੋਟ ਕਿੱਥੋਂ ਮਿਲਦੇ ਨੇ। ਉੱਥੋਂ ਜੇ ਵੋਟ ਮਿਲਦੇ ਨੇ ਜਿਹੜੇ ਮੁਲਜ਼ਮ ਬਣਦੇ ਨੇ ਉਹ ਉਹਨਾਂ ਨੂੰ ਜ਼ਰੂਰ ਬਚਾਉਣਗੇ, ਉਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਹੋਣ ਦੇਣਗੇ, ਜੇ ਹੋਣ ਵੀ ਦੇਣਗੇ ਅਦਾਲਤੀ ਜਿਹੜਾ ਹੈ ਕੋਈ ਨਾ ਕੋਈ ਆਪਣਾ ਇਹਦੇ 'ਚ ਗੈਰ ਕਾਨੂੰਨੀ ਕਹਿ ਕੇ ਸੁਣ ਕੇ ਫਿਰ ਇਹਨੂੰ ਜਿਹੜਾ ਡਿਲੇ ਕਰਵਾ ਸਕਦੇ ਨੇ। ਸੋ ਇਨਸਾਫ ਦੀ ਜਿਹੜੀ ਹੈ ਇਸ ਵੇਲੇ ਜੋ ਸਥਿਤੀ ਹੈ ਇਹਨਾਂ ਕੇਸਾਂ ਦੀ ਪੂਰਤੀ ਹੋਣ ਦੀ ਕੋਈ ਚਾਂਸ ਨਹੀਂ ਹੈ। ਅੱਛਾ ਚੱਲ ਸਾਹਿਬ ਵੀ ਜਿਵੇਂ ਚਲੋ ਇਹ ਤਾਂ ਗੱਲ ਹੋ ਗਈ ਸਿਆਸੀ ਲੋਕਾਂ ਦੀ ਅਦਾਲਤਾਂ ਦੀ ਜਾਂ ਜਿਹੜੇ ਲੋਕ ਇਹਨੂੰ ਚਲਾਉਂਦੇ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਹਾਰਾ ਲੈ ਕੇ ਵੋਟਾਂ ਇਕੱਠੀਆਂ ਕਰਦੇ ਨੇ, ਪਰ ਦੂਜੇ ਪਾਸੇ ਜੇ ਦੇਖੀਏ ਤੁਹਾਡੇ ਵੱਲੋਂ ਵੀ ਕੁਝ ਵਕੀਲਾਂ ਦੇ ਨਾਲ ਜਿਹੜਾ ਕਿ ਇੱਕ ਪੈਨਲ ਤਿਆਰ ਕੀਤਾ ਗਿਆ ਕਿ ਜਿਹੜਾ ਇਸ ਲੜਾਈ ਨੂੰ ਕੁਝ ਅੱਗੇ ਲੈ ਕੇ ਜਾਏਗਾ, ਅਤੇ ਜਥੇਦਾਰ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਭਾਈ ਰਣਜੀਤ ਸਿੰਘ ਜੀ ਉਹਨਾਂ ਵੱਲੋਂ ਵੀ ਇੱਕ ਇਕੱਤਰਤਾ ਕੀਤੀ ਗਈ ਸੀ ਗੁਰਦੁਆਰਾ ਅੰਬ ਸਾਹਿਬ 'ਚ, ਤਾਂ ਇਹ ਜੋ ਹੁਣ ਇਕੱਤਰਤਾਵਾਂ ਹੋਣ ਲੱਗੀਆਂ ਨੇ ਜਾਂ ਜਿਵੇਂ ਤੁਸੀਂ ਕਾਨੂੰਨੀ ਮਾਹਿਰਾਂ ਨੂੰ ਆਪਣੇ ਨਾਲ ਲੈ ਕੇ ਅੱਗੇ ਚੱਲ ਰਹੇ ਹੋ, ਅਤੇ ਸੋ ਉਹਦੇ ਨਾਲ ਕੀ ਕੁਝ ਰਸਤਾ ਨਜ਼ਰ ਆ ਰਿਹਾ ਆਪਾਂ ਨੂੰ ਵੀ ਕੁਝ ਬਣ ਸਕੇਗਾ? ਦੇਖੋ ਇਹ ਗੱਲਾਂ ਜਿਹੜੀਆਂ ਨੇ ਜਿਸ ਤਰ੍ਹਾਂ ਜਿਨ੍ਹਾਂ ਸੱਜਣਾਂ ਦੇ ਤੁਸੀਂ ਨਾਂ ਲਏ ਨੇ ਉਹ ਤਾਂ ਇੱਕ ਲੋਕਾਂ ਨੂੰ ਜਾਗਰੂਕ ਕਰ ਸਕਦੇ ਨੇ ਵੀ ਸਾਡੇ ਨਾਲ ਬੇਇਨਸਾਫੀ ਹੋਈ ਹੈ। ਉਹਦਾ ਨਤੀਜਾ ਇਹੋ ਹੀ ਨਿਕਲ ਸਕਦਾ ਵੀ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਗਲਤੀ ਕੀਤੀ ਹੈ ਜਾਂ ਇਸ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਇੱਕ ਰੋਲ ਕੇ ਰੱਖ ਦਿੱਤਾ ਹੈ, ਉਹਨਾਂ ਨੂੰ ਲੋਕ ਜਿਹੜਾ ਹੈ ਪਿੱਛੇ ਹਟਾ ਦੇਣਗੇ। ਜਿੱਦਾਂ ਬਾਦਲ ਬੁਰੀ ਤਰ੍ਹਾਂ ਹਾਰਿਆ ਸੀ, ਇਸੇ ਤਰ੍ਹਾਂ ਹੁਣ ਕੈਪਟਨ ਦੀ ਵੀ ਆਸ ਲੱਗਦੀ ਹੈ ਜੇ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਵੀ ਕੈਪਟਨ ਦਾ ਜਿਹੜਾ ਹੈ ਉਹ ਇਲੈਕਸ਼ਨ 'ਚ ਨੁਕਸਾਨ ਹੋਏਗਾ। ਇਸ ਕਰਕੇ ਹੁਣ ਜਿਹੜੀ ਇਹ ਲੋਕਾਂ ਨੇ ਤਾਂ ਬਦਲੀ ਲਿਆਉਣੀ ਆ ਨਾ ਅਖੀਰ ਦੇ ਵਿੱਚ, ਤਾਂ ਜਿਹੜਾ ਇਨਸਾਫ ਦੇਣ ਦੀ ਗੱਲ ਆਉਣੀ ਆ ਉਹ ਇਹਨਾਂ ਦੇ ਆਪਣੇ ਢਾਂਚੇ ਨੇ ਹੀ ਦਵਾਉਣੀ ਆ। ਹੁਣ ਇਨਵੈਸਟੀਗੇਸ਼ਨ ਤਾਂ ਪੁਲਿਸ ਨੇ ਕਰਨੀ ਆ, ਉਹਦਾ ਫੈਸਲਾ ਅਦਾਲਤਾਂ ਨੇ ਕਰਨਾ। ਜੇ ਅਦਾਲਤਾਂ 'ਚ ਕੋਈ ਗੜਬੜ ਹੈ, ਪੁਲਿਸ 'ਚ ਕੋਈ ਗੜਬੜ ਹੈ, ਰਾਜਨੀਤਿਕ 'ਚ ਗੜਬੜ ਹੈ, ਤਾਂ ਜਿਹੜਾ ਅਸੀਂ ਗੱਲ ਕਰਦੇ ਹਾਂ ਉਹ ਬੜਾ ਲੰਬਾ ਹੈ। ਉਹਦਾ ਪ੍ਰਾਈਵੇਟ ਕੰਪਲੇਂਟਸ ਕਰੀਏ, ਬੰਦੇ ਲੱਭੀਏ, ਉਹਦਾ ਜਿਹੜਾ ਖਰਚਾ ਕਰੀਏ, ਉਹਦੇ ਲਈ ਬੰਦੇ ਮਿਲਣੇ ਜਾਂ ਕੋਈ ਐਡਾ ਵੱਡਾ ਸਾਡੇ ਕੋਲ ਸਿਸਟਮ ਜਿਹੜਾ ਹੈ ਕਿਸ ਤਰ੍ਹਾਂ ਬਣਦਾ ਨਹੀਂ, ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਕਰਨ ਦੀ ਗੱਲ ਕਰ ਰਹੇ ਹਾਂ। ਜੇ ਕੋਈ ਇਸ ਤਰ੍ਹਾਂ ਦੀ ਗੱਲ ਬਣੇਗੀ ਫਿਰ ਅਸੀਂ ਜੋ ਵਕੀਲੀ ਦੇ ਤੌਰ 'ਤੇ ਕਾਨੂੰਨ ਦੇ ਤੌਰ 'ਤੇ ਜਾਂ ਕੋਈ ਰਾਜਸੀ ਜਿਹੜੇ ਸੱਜਣ ਨੇ ਧਾਰਮਿਕ ਤੌਰ 'ਤੇ ਗੱਲਾਂ ਕਰਦੇ ਨੇ, ਲੀਡਰ ਦੇ ਤੌਰ 'ਤੇ ਸਿੱਖ ਪੰਥ ਦੀਆਂ ਗੱਲਾਂ ਕਰਦੇ, ਬੇਅਦਬੀ ਦੇ ਵਿੱਚ ਇਨਸਾਫ ਲੈਣ ਦੀਆਂ ਗੱਲਾਂ ਕਰਦੇ ਨੇ, ਉਹਨਾਂ ਦੇ ਨਾਲ ਸਹਿਯੋਗ ਕਰਕੇ ਜੇ ਕੋਈ ਹੱਲ ਲੱਭਿਆ ਤਾਂ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਅਮਰ ਸਿੰਘ ਚਹਿਲ ਜੀ। ਇਹ ਸਨ ਅਮਰ ਸਿੰਘ ਚਹਿਲ, ਐਡਵੋਕੇਟ ਸੀਨੀਅਰ, ਜਿਹੜੇ ਕਿ ਪੰਥਕ ਨੌਜਵਾਨਾਂ ਦੀ ਵੀ ਜਿਹੜੀ ਕਿ ਕਰਦੇ ਨੇ ਸੇਵਾਵਾਂ ਕਰਦੇ ਨੇ, ਜਿਨ੍ਹਾਂ ਨੇ ਮਾੜੇ ਦੌਰ ਦੇ ਟਾਈਮ ਨੌਜਵਾਨਾਂ ਨੂੰ ਵੀ ਬਹੁਤ ਬਚਾਇਆ, ਅਤੇ ਅੱਜ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਉੱਪਰ ਅਸੀਂ ਗੱਲਬਾਤ ਕੀਤੀ ਹੈ, ਅਤੇ ਉਹਨਾਂ ਦੱਸਿਆ ਕਿ ਜਦੋਂ ਤੱਕ ਇਮਾਨਦਾਰੀ ਨਹੀਂ ਆਉਂਦੀ ਅਤੇ ਜਦੋਂ ਤੱਕ ਸਿਆਸੀ ਲੋਕ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈ ਕੇ ਵੋਟਾਂ ਨਹੀਂ ਤੱਕਦੇ ਤਦ ਤੱਕ ਇਨਸਾਫ ਨਹੀਂ ਮਿਲ ਸਕਦਾ। ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਚਹਿਲ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਆਪਣਾ ਕੀਮਤੀ ਵਕਤ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਮੇਜਰ ਸਿੰਘ, ਆਵਾਜ਼ ਕੌਮ ਦੇ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਤੇ ਗੱਲ ਕਰਾਂਗੇ। ਜਿਹੜੇ ਵੇਲੇ ਸਰਕਾਰ ਵੱਲੋਂ ਲਗਾਤਾਰ ਵਾਰ ਵਾਰ ਜਿਹੜੀਆਂ ਕਿ ਸਿੱਟਾਂ ਬਣਾਈਆਂ ਜਾ ਰਹੀਆਂ ਨੇ ਪਰ ਇਨਸਾਫ ਨਹੀਂ ਮਿਲ ਰਿਹਾ। ਸੋ ਇਸ ਵਕਤ ਅਸੀਂ ਸਾਡੇ ਨਾਲ ਮੌਜੂਦ ਹਨ ਐਡਵੋਕੇਟ ਅਮਰ ਸਿੰਘ ਚਹਿਲ, ਜੋ ਕਿ ਪੰਥਕ ਆਗੂ ਵੀ ਹਨ, ਅਤੇ ਅੱਜ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਚਹਿਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਹਿਲ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਜਿਹੜਾ ਕਿ ਬਹੁਤ ਉਲਝਦਾ ਜਾ ਰਿਹਾ, ਲਗਾਤਾਰ ਬੇਅਦਬੀਆਂ ਹੋਈਆਂ ਨੇ, ਸਿੱਟਾਂ ਬਣ ਗਈਆਂ, ਸਭ ਕੁਛ ਹੋ ਗਿਆ, ਪਰ ਫਿਰ ਵੀ ਅੱਜ ਤੱਕ ਇਨਸਾਫ ਕਿਉਂ ਨਹੀਂ ਮਿਲ ਰਿਹਾ? ਇਹਦੇ ਨਾਲ ਬੜਾ ਸਾਫ ਹੈ ਜੀ, ਜਿਨ੍ਹਾਂ ਨੇ ਇਨਸਾਫ ਦਵਾਉਣਾ ਸੀ ਉਹ ਬੇਈਮਾਨ ਨਿਕਲੇ। ਰਾਜਨੀਤਿਕ ਤੌਰ 'ਤੇ ਜਿਹੜਾ ਹੈ ਇਸ ਗੱਲ ਨੂੰ ਦਬਾ ਦਿੱਤਾ ਗਿਆ, ਕੇਸਾਂ ਦੀ ਤਫਤੀਸ਼ ਨਾ ਹੋਣ ਦੇਣੀ, ਕੇਸ ਗਲਤ ਰਜਿਸਟਰ ਕਰਨੇ, ਗਲਤ ਆਦਮੀ ਫੜ ਲੈਣੇ, ਅਤੇ ਉਸ ਤੋਂ ਬਾਅਦ ਇਸ 'ਤੇ ਚੁੱਪਧਾਰੀ ਰੱਖਣੀ। ਮੇਰਾ ਕਹਿਣ ਤੋਂ ਭਾਵ ਹੈ ਬਾਦਲ ਸਰਕਾਰ ਦੀ, ਉਹਨਾਂ ਦੇ ਰਾਜ ਵੇਲੇ ਇਹ ਵਾਕਿਆ ਹੋਏ ਸਨ, ਉਹਨਾਂ ਨੇ ਇਸ ਮਾਮਲੇ ਨੂੰ ਬਿਲਕੁਲ ਹੀ ਸੰਜੀਦਗੀ ਨਾਲ ਨਹੀਂ ਲਿਆ, ਗੈਰ ਕਾਨੂੰਨੀ ਕੀਤੀ, ਸਗੋਂ ਵੀ ਇਹਨਾਂ ਕੇਸਾਂ 'ਚ ਕੋਈ ਸੱਚੇ ਆਦਮੀ ਨਹੀਂ ਫੜਨੇ, ਤਫਤੀਸ਼ ਨਹੀਂ ਹੋਣੀ ਚਾਹੀਦੀ, ਅਤੇ ਜਿਹੜਾ ਹੈ ਲਮਲੇਟ ਕੀਤਾ ਜਾਵੇ। ਇਹੋ ਹੀ ਕਾਰਨ ਹੈ ਵੀ ਜਿਹੜੇ ਹੈ ਕੋਈ ਨਹੀਂ, ਤਾਂ ਜਿਹੜਾ ਕ੍ਰਾਈਮ ਹੁੰਦਾ, ਜਿਹੜਾ ਜੁਰਮ ਹੁੰਦਾ ਨਾ ਜੀ, ਉਹਨੂੰ ਪੁਲਿਸ ਕੋਲ ਇਸ ਤਰ੍ਹਾਂ ਦੇ ਕਾਰਵਾਈ ਕਰਨ ਦੇ ਹੱਕ ਹੈਗੇ ਨੇ ਵੀ ਉਹ ਸੱਚ ਲੱਭ ਲੈਂਦੇ ਨੇ। ਇਹਨਾਂ ਦੇ ਵਿੱਚ ਸੱਚ ਲੱਭਣਾ ਬੜਾ ਸੌਖਾ ਸੀ, ਉਸ ਕਰਕੇ ਸੌਖਾ ਸੀ ਵੀ ਇੱਕ ਸੱਚਾ ਸੌਦਾ ਨਾਮ ਦਾ ਡੇਰਾ ਹੈ ਜਿਨ੍ਹਾਂ ਨੇ ਇਹਦੀ ਜ਼ਿੰਮੇਵਾਰੀ ਲੈ ਲਈ ਸੀ ਵੀ ਅਸੀਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਬੇਅਦਬੀ ਕੀਤੀ ਹੈ, ਜੋ ਕਰਨਾ ਕਰ ਲਓ, ਅਸੀਂ ਸਾਡੇ 'ਤੇ ਕੋਈ ਕਾਨੂੰਨ ਨਹੀਂ ਲਾਗੂ ਹੋਊਗਾ, ਸਾਡੇ 'ਤੇ ਕੋਈ ਕੇਸ ਨਹੀਂ ਬਣੇਗਾ, ਸਾਨੂੰ ਕਿਸੇ ਨੇ ਕੋਈ ਫੜਨਾ ਨਹੀਂ, ਸਜ਼ਾ ਦੀ ਤਾਂ ਬੜੀ ਦੂਰ ਦੀ ਗੱਲ ਹੈ। ਉਹਨਾਂ ਨੂੰ ਪੁੱਛਣ ਦੀ ਜਗ੍ਹਾ, ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਜਗ੍ਹਾ, ਉਹਨਾਂ 'ਤੇ ਕੇਸ ਦਰਜ ਕਰਨ ਦੀ ਜਗ੍ਹਾ, ਅਸਲੀ ਮੁਲਜ਼ਮ ਲੱਭਣ ਦੀ ਜਗ੍ਹਾ ਗਲਤ ਆਦਮੀ ਫੜ ਕੇ, ਸਗੋਂ ਜਿਹੜੇ ਸਿੱਖ ਸਮਾਜ ਦੇ ਵਿੱਚੋਂ ਸਨ, ਜਿਹੜੇ ਰੌਲਾ ਪਾਉਂਦੇ ਸਨ ਵੀ ਸਾਡੇ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੋਈ, ਇਹਦੀ ਪੂਰੀ ਪੁਣਛਾਣ ਹੋਈ ਚਾਹੀਦੀ ਆ, ਉਹਨਾਂ 'ਚੋਂ ਕੁਝ ਬੰਦੇ ਫੜ ਕੇ ਸ਼ੁਰੂ ਕਰ ਦਿੱਤੇ ਅਤੇ ਉਹਨਾਂ ਨੂੰ ਟੋਰਚਰ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਹੀ ਗਿਰਾਵਟ ਆ ਗਈ ਵੀ ਬੰਦੇ ਦਾ, ਉਹਨਾਂ ਦਾ ਬੰਦਿਆਂ ਦਾ ਕੁਛ ਦਾ ਦੂਰ ਦਾ ਵੀ ਵਾਸਤਾ ਨਹੀਂ ਸੀ, ਉਹਨਾਂ ਨੂੰ ਫੜ ਕੇ ਟੋਰਚਰ ਕੀਤਾ ਗਿਆ, ਬੜੀ ਬੁਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਹੈ ਪਰੇਸ਼ਾਨ ਕੀਤਾ ਗਿਆ, ਔਰ ਇੱਕ ਝੂਠੀ ਇਹ ਗੱਲ ਬਣਾ ਲਈ ਵੀ ਇਹ ਤਾਂ ਇਸ ਕਰਕੇ ਇਹਨਾਂ ਨੇ ਕੀਤਾ, ਇਹਨਾਂ ਨੂੰ ਬਾਹਰੋਂ ਫੰਡ ਆਇਆ ਸੀ। ਹਾਲਾਂਕਿ ਜੇ ਗੁਰੂ ਦਾ ਸਿੱਖ ਕੋਈ ਹੋਏਗਾ, ਉਹਨੇ ਆਪਣੇ ਗੁਰੂ ਦੀ ਬੇਅਦਬੀ ਕਰਨੀ ਤਾਂ ਸੋਚਿਆ ਵੀ ਨਹੀਂ ਕਰੀ ਜਾ ਸਕਦਾ। ਇਸ ਕਰਕੇ ਇਹਦਾ ਸਾਰੇ ਦਾ ਸਾਰਾ ਜਿਹੜਾ ਹੈ ਨਜ਼ਲਾ ਜਾਂ ਸਾਰੇ ਦਾ ਸਾਰਾ ਕਸੂਰ ਜੇ ਲੱਭਣਾ ਹੈ ਤਾਂ ਬਾਦਲ ਸਰਕਾਰ ਦਾ ਸੀ। ਬਾਦਲ ਸਰਕਾਰ ਦੇ ਨਾਲ ਦੂਜੇ ਜਿਹੜੇ ਇਹਦੇ ਹਿੱਸੇਦਾਰ ਸੀ ਉਹ ਡੇਰਾ ਸੱਚਾ ਸੌਦਾ ਦੇ ਸੱਜਣ ਸਨ ਕੁਝ, ਇਹਨਾਂ ਨੇ ਦੋਨਾਂ ਨੇ ਰਲ ਕੇ ਕੀਤੀ ਹੈ। ਇਹਨਾਂ ਦੀ ਤਫਤੀਸ਼ ਕਿਉਂ ਨਾ ਹੋਈ ਜਾਂ ਕੇਸ ਕਿਉਂ ਨਾ ਸੱਚੇ ਆਦਮੀਆਂ ਦੇ ਰਜਿਸਟਰ ਕੀਤਾ ਗਿਆ, ਉਹਦਾ ਕਾਰਨ ਬੜਾ ਸੌਖਾ ਲੱਭ ਸਕਦੇ ਹਾਂ ਆਪਾਂ ਵੀ ਚੋਣਾਂ ਆਈਆਂ ਸੀ ਅਸੈਂਬਲੀ ਦੀਆਂ, ਪੰਜਾਬ ਅਸੈਂਬਲੀ ਦੀਆਂ, ਉਹਨਾਂ 'ਚ ਡੇਰਾ ਸੱਚਾ ਸੌਦਾ ਦੀਆਂ ਵੋਟਾਂ ਦੇ ਲੈਣ ਲਈ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇ ਕਾਰਵਾਈ ਕਰਦੇ ਤਾਂ ਕੁਦਰਤੀ ਗੱਲ ਹੈ, ਉਹਨਾਂ ਨੇ ਵੋਟਾਂ ਇਹਨਾਂ ਨੂੰ ਨਹੀਂ ਸੀ ਦੇਣੀਆਂ ਬਾਦਲ ਨੂੰ, ਅਤੇ ਇਸ ਕਰਕੇ ਉਹਨਾਂ ਨੇ ਜਿਹੜਾ ਹੈ ਨਾ ਉਹਨਾਂ ਸੱਚੇ ਕੇਸ ਜਿਹੜੇ ਬਣਾਏ, ਨਾ ਸੱਚੀ ਤਫਤੀਸ਼ ਹੋਈ, ਸਗੋਂ ਝੂਠੇ ਕੇਸ ਰਜਿਸਟਰ ਕਰਕੇ ਅਤੇ ਉਹ ਉਸੇ ਤਰ੍ਹਾਂ ਰੱਖ ਸਕੇ। ਜਿਸ ਤਰ੍ਹਾਂ ਹੁਣ ਆਪਾਂ ਕੋਟਕਪੂਰਾ ਦਾ ਜਿਹੜਾ ਹੈ ਝਗੜਾ ਸਾਰਾ ਪਿਆ, ਹਾਈਕੋਰਟ ਨੇ ਕੋਟਕਪੂਰਾ ਦੀ ਜਿਹੜੀ ਤਫਤੀਸ਼ ਹੈ ਕੰਵਰ ਵਿਜੇ ਪ੍ਰਤਾਪ ਸਿੰਘ ਦੀ, ਉਹਨੂੰ ਰੱਦ ਕਰ ਦਿੱਤਾ ਹੈ, ਇਸ ਕਰਕੇ ਕਰ ਦਿੱਤਾ ਹੈ, ਉਹਦੇ 'ਚ ਕਈ ਜਿਹੜੇ ਹੈ ਔਗਣ ਲੱਭੇ ਗਏ ਨੇ। ਹਾਲਾਂਕਿ ਕਾਨੂੰਨੀ ਤੌਰ 'ਤੇ ਅਸੀਂ ਇਹ ਲੱਭਿਆ ਹੈ, ਉਸ ਜੱਜਮੈਂਟ ਨੂੰ ਪੜ੍ਹਿਆ ਹੈ, ਉਹ ਕਾਨੂੰਨੀ ਤੌਰ 'ਤੇ ਜਿਹੜੇ ਰੀਜ਼ਨ ਦਿੱਤੇ ਗਏ ਹੈ ਜੱਜਮੈਂਟ 'ਚ, ਉਹ ਕਾਨੂੰਨੀ ਤੌਰ 'ਤੇ ਠੀਕ ਨਹੀਂ। ਜਿਸ ਤਰ੍ਹਾਂ ਆਪਾਂ ਕੋਟਕਪੂਰੇ ਦਾ ਇੱਕ ਜਿਹੜਾ ਵਾਕਿਆ ਸੀ, ਉੱਥੇ ਸਿੱਖ ਪੰਥ ਦੀਆਂ ਕੁਝ ਸ਼ਖਸੀਅਤਾਂ ਜਿਹੜੇ ਹੈ ਉਹ ਉੱਥੇ ਧਰਨਾ ਦੇ ਰਹੇ ਸਨ,
ਅਤੇ ਦੇਣ ਕੇ ਉਹ ਜਿਹੜਾ ਹੈ ਉੱਥੇ ਇਹੋ ਹੀ ਮੰਗ ਉਹਨਾਂ ਦੀ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਫੜਿਆ ਜਾਵੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਉਹਨਾਂ ਨੂੰ ਜਿਹੜਾ ਹੈ ਇਹ ਝਗੜਾ ਕਰ ਲਿਆ ਗਿਆ। ਕਹਿੰਦੇ ਨੇ ਇਹ ਜਿੱਦਾਂ ਕਿ ਇਹਨਾਂ ਨੇ ਪੁਲਿਸ ਵਾਲੇ ਨੇ ਸਟੋਰੀ ਬਣੀ ਹੈ ਵੀ ਉਹਨਾਂ ਨੇ ਜੀ ਪੁਲਿਸ 'ਤੇ ਹਮਲਾ ਕਰ ਦਿੱਤਾ, ਪੁਲਿਸ ਨੂੰ ਚੋਟਾਂ ਲਾ ਦਿੱਤੀਆਂ, ਸਰਕਾਰੀ ਗੱਡੀਆਂ ਨੁਕਸਾਨ ਕਰ ਦਿੱਤਾ, ਇੱਕ ਜਿਹੜੀ ਸੀ ਬੰਦੂਕ ਵੀ ਇੱਕ ਥਾਂ ਜਿਹੜਾ ਹੈਗਾ ਸੀ ਹੈੱਡ ਕੰਸਟੇਬਲ ਤੋਂ ਖੋਲ੍ਹੀ, ਅਤੇ ਇਸ ਕਰਕੇ ਉਹਨਾਂ 'ਤੇ ਪਰਚਾ ਦਰਜ ਕਰ ਦਿੱਤਾ ਗਿਆ। ਉਹਦਾ ਐੱਫ ਆਈ ਆਰ ਨੰਬਰ 192 ਸੀ, 192 ਐੱਫ ਆਈ ਆਰ ਜਿਹੜੀ ਸੀ ਇਹ 14/10/2015 ਨੂੰ ਰਜਿਸਟਰ ਕੀਤੀ ਗਈ ਹੈ। ਇਹਦਾ ਰਜਿਸਟਰ ਕਰਨ ਵਾਲਾ ਉਸ ਵੇਲੇ ਥਾਣੇਦਾਰ ਜਿਹੜਾ SHO ਸੀ ਕੋਟਕਪੂਰੇ ਦਾ, ਉਹ ਸੀ ਗੁਰਦੀਪ ਸਿੰਘ ਪੰਦੇਰ ਜਿਹਨੂੰ ਕਹਿੰਦੇ ਆਪਾਂ। ਉਹਨੇ ਆਪਣੇ ਆਪ ਹੀ ਰਜਿਸਟਰ ਕਰਕੇ FIR 'ਤੇ ਆਪਣੇ ਆਪ ਹੀ ਇਹਦੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਕੁਛ ਚਿਰ ਬਾਅਦ ਉਹਨਾਂ ਆਪਣੇ ਇੱਕ ਥਾਣੇਦਾਰ ASI ਨੂੰ ਦੇ ਦਿੱਤੀ ਗਈ। ਮਤਲਬ ਉੱਥੇ ਲਗਭਗ 1.5 ਸਾਲ ਦੇ ਰਿਹਾ ਹੈ ਇਹ ਗੁਰਦੀਪ ਸਿੰਘ। ਇਹ 1.5 ਸਾਲ ਦੇ ਵਿੱਚ ਉਸ ਜਿਹੜੀ ਆ ਤਫਤੀਸ਼ ਕੋਈ ਉਹਦੇ 'ਚ ਜਿਹੜੀ ਹੈ ਤਰੱਕੀ ਨਹੀਂ ਕੀਤੀ ਜਾਂ ਉਹਦੇ 'ਚ ਕੋਈ ਜਿਹੜਾ ਹੈ ਪੂਰਤੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸੇ ਤਰ੍ਹਾਂ ਇਹ ਆਇਆ ਮਤਲਬ ਜੱਜਮੈਂਟ ਦੇ ਵਿੱਚ ਵੀ ਉਹਨੇ 40 ਆਦਮੀਆਂ ਦੇ ਬਿਆਨ ਲਿਖੇ। ਹੁਣ 40 ਆਦਮੀਆਂ ਦੇ ਬਿਆਨ ਲਿਖੇ ਤਾਂ ਹੁਣ ਜੇ ਬਾਕੀ 400 ਦੇ ਵੀ ਲਿਖਣੇ ਪੈਂਦੇ ਸੀ ਤਾਂ ਉਹ ਲਿਖਦਾ ਇਸ ਨੂੰ ਪੂਰੀ ਕਰਦਾ? ਉਹ ਪੂਰੀ ਇਸ ਕਰਕੇ ਨਹੀਂ ਸੀ ਕਰ ਰਿਹਾ ਵੀ ਇਹ ਝੂਠਾ ਕੇਸ ਸੀ, ਉਹਨੇ ਜੋ FIR ਲਿਖੀ ਸੀ ਉਹ ਝੂਠੀ ਸੀ। ਫਿਰ ਇੱਥੋਂ ਤੱਕ ਨਹੀਂ ਗੱਲ ਗਈ। ਹੁਣ 2015 'ਚ ਜਿਹੜਾ ਹੈ ਇਹ ਵਾਕਿਆ ਹੋਇਆ ਹੈ ਅਤੇ ਜਿਹੜੀ ਨਵੀਂ FIR ਜਿਹੜੀ ਹੈ ਜਿਹਦੇ 'ਤੇ ਕਵਰ ਵਿਜੇ ਪ੍ਰਤਾਪ ਸਿੰਘ ਨੇ ਰਜਿਸਟਰ ਕੀਤੀ ਹੈ, ਤਫਤੀਸ਼ ਕੀਤੀ ਹੈ, ਉਹ 7/8/2018 ਨੂੰ ਹੋਈ ਹੈ। 15 ਤੋਂ ਲੈ ਕੇ 18 ਤੱਕ ਦਾ ਵਕਫਾ ਫਰੀਦਕੋਟ ਦੀ ਪੁਲਿਸ ਨੂੰ, ਉਸੇ SHO ਨੂੰ, ਉਹਦਾ ਉੱਥੇ ਜਿਹੜਾ SSP ਵੀ ਹੈਗਾ, ਬਾਕੀ ਬੜਾ ਵੱਡਾ ਅਮਲਾ ਹੈ, ਉਹਨਾਂ ਨੂੰ ਇਹਦੀ ਇੱਕ ਸੋਚੀ ਨਾ ਆਈ ਵੀ ਇੱਕ ਐਡਾ ਵੱਡਾ ਸਰਕਾਰ ਦੇ ਖਿਲਾਫ਼ ਜਿਹੜਾ ਜੁਰਮ ਹੋ ਗਿਆ ਅਤੇ ਇਹਦੀ ਤਫਤੀਸ਼ ਪੂਰੀ ਕਰਕੇ ਬੰਦੇ ਫੜ ਕੇ ਉਹਨਾਂ 'ਤੇ ਮੁਕੱਦਮਾ ਕਰਵਾਇਆ ਜਾਏ। 3 ਸਾਲਾਂ 'ਚ ਤਾਂ ਉਹਨਾਂ ਨੂੰ ਕਹਿ ਦੇਣੀ ਚਾਹੀਦੀ ਸੀ ਜਿਹੜੇ ਮੁਲਜ਼ਮ ਸਨ, ਲੇਕਿਨ ਇਹ ਇਸ ਕਰਕੇ ਨਹੀਂ ਕੀਤੀ ਗਈ ਕਿਉਂਕਿ ਝੂਠਾ ਕੇਸ ਸੀ, ਝੂਠੇ ਕੇਸ ਦੇ ਵਿੱਚੋਂ ਨਿਕਲਣਾ ਕੁਛ ਨਹੀਂ ਸੀ। ਇਹਦੇ 'ਚ ਝੂਠੇਪਨ ਦੀ ਹੋਰ ਇੱਕ ਆ ਜਾਂਦੀ ਹੈ ਵੀ ਗੁਰਦੀਪ ਸਿੰਘ ਖੁਦ ਮੰਨਦਾ ਹੈ ਵੀ ਮੈਂ ਜਿਹੜੇ ਸੀ ਭਾਈ ਪੰਥਪ੍ਰੀਤ ਸਿੰਘ ਤੋਂ ਉਹਦੇ ਨਾਲ 7-8 ਆਦਮੀ ਹੋਰ ਜਿਹੜੇ ਹੈ ਉਹ 15 ਤਰੀਕ ਨੂੰ ਅਰੈਸਟ ਕਰ ਲਏ ਨੇ ਇਸ ਜਿਹੜਾ ਹੈ ਵਾਕਿਆ ਦੇ, ਲੇਕਿਨ ਉਹਨਾਂ ਨੂੰ ਜਿਹੜਾ ਹੈ 3 ਦਿਨਾਂ ਬਾਅਦ ਫਿਰ ਛੱਡ ਦਿੰਦਾ। ਛੱਡਣ ਦੇ ਵਿੱਚ ਇਹ ਲਿਖਦਾ ਹੈ ਵੀ ਇਹਨਾਂ ਦੇ ਖਿਲਾਫ਼ ਕੋਈ ਗਵਾਹੀ ਨਹੀਂ, ਅਤੇ ਜੇ ਗਵਾਹੀ ਨਹੀਂ ਸੀ ਤਾਂ ਇਹਦਾ ਮਤਲਬ ਜੇ ਕੇਸ ਝੂਠਾ ਬਣਾਇਆ ਗਿਆ, ਅਤੇ ਜੇ ਉਹਨਾਂ ਨੂੰ ਫੜਿਆ ਸੀ ਤਾਂ ਫਿਰ ਗਲਤ ਫੜਿਆ ਗਿਆ। ਇਸ ਕਰਕੇ ਇਸ FIR ਨੂੰ ਜਿਹੜਾ ਜੱਜਮੈਂਟ ਦੇ ਵਿੱਚ ਇਹ ਲੇਗਾ ਵੀ ਇਹਦੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੋਈ। ਹੁਣ ਪੂਰੀ ਕਿਹਨੇ ਕਰਨੀ ਸੀ? ਗੁਰਦੀਪ ਸਿੰਘ ਨੇ, ਚਾਹੇ ਜਿਹੜੇ ਪਿੱਛੋਂ ਆਦਮੀ ਆਏ ਸੀ ਉਹਨਾਂ, ਇਸ ਕਰਕੇ ਪੂਰੀ ਨਹੀਂ ਕੀਤੀ ਵੀ ਇਹ ਜਿਹੜਾ ਹੈ ਇਹ ਵਾਕਿਆ ਹੋਇਆ ਨਹੀਂ। ਜਿਹੜੀ ਪੁਲਿਸ ਦੀ ਕਹਾਣੀ ਹੈ ਵੀ ਸਾਡੇ 'ਤੇ ਜਿਹੜਾ ਹਮਲਾ ਕੀਤਾ ਗਿਆ ਹੈ, ਜਿਹੜੀ ਹੈ ਬੰਦੂਕ ਖੋਲ੍ਹੀ ਗਈ ਹੈ, ਬਾਕੀ ਸਰਕਾਰੀ ਜਿਹੜੀ ਹੈ ਜਾਇਦਾਦ ਉਹਨੂੰ ਨੁਕਸਾਨ ਪਹੁੰਚਾਇਆ ਗਿਆ, ਇਹ ਝੂਠਾ ਕਹਾਣੀ ਸੀ। ਇਹਦੇ ਨਿਸਬਤ ਜਿਹੜਾ ਹੈ ਇਹ 7/8/2018 ਨੂੰ ਜਿਹੜੀ FIR ਹੋਈ ਹੈ ਇਹ ਕਿਸ ਤਰ੍ਹਾਂ ਹੋਈ ਹੈ? ਇੱਕ ਅਜੀਤ ਸਿੰਘ ਨਾਂ ਦਾ ਸੱਜਣ ਸੀ, ਉਹਨੇ ਰਣਜੀਤ ਸਿੰਘ ਕਮਿਸ਼ਨ ਦੇ ਕੋਲ ਜਾ ਕੇ ਐਫੀਡੇਵਿਟ ਦਿੱਤਾ ਵੀ ਮੈਂ ਤਾਂ ਉੱਥੇ ਹਾਜ਼ਰ ਸੀ, ਹਾਜ਼ਰ ਹੋਣ ਦੇ ਨਾਤੇ ਉੱਥੇ ਇਸ ਤਰ੍ਹਾਂ ਵਾਕਿਆ ਹੋਇਆ ਜਿਹਦੇ ਵਿੱਚ ਜਿਹੜੇ ਉੱਥੇ ਧਰਨਾਕਾਰੀ ਸੀ ਉਹਨਾਂ 'ਤੇ ਜਾਸਤੀਆਂ ਕੀਤੀਆਂ ਗਈਆਂ ਹੈ, ਉਹਨਾਂ ਨੂੰ ਕੁੱਟਿਆ ਗਿਆ ਹੈ, ਉਹਨਾਂ 'ਤੇ ਜਿਹੜੀ ਹੈਗੀ ਹੈ ਤਸ਼ੱਦਦ ਢਾਇਆ ਗਿਆ ਹੈ, ਅਤੇ ਇਸ ਕਰਕੇ ਜਿਹੜੀ ਹੈ ਕੁਛ ਨੂੰ ਚੋਟਾਂ ਵੀ ਆਈਆਂ ਨੇ। ਇਹ ਤਫਤੀਸ਼ ਦੇ ਵਿੱਚ ਕਿਤੇ ਵੀ ਨਹੀਂ ਲਿਆਂਦਾ ਉਹ ਗੁਰਦੀਪ ਸਿੰਘ ਨੇ ਚਾਹੇ ਉਹਦੇ ਪਿੱਛੋਂ ਜਿਹੜੇ ਬੰਦੇ ਆਏ ਨੇ ਵੀ ਦਰਅਸਲ ਦੂਜੇ ਆਦਮੀਆਂ ਨੂੰ ਵੇਖੇ ਕੀ ਗੱਲ ਹੈ, ਜਿਨ੍ਹਾਂ ਨੂੰ ਚੋਟਾਂ ਲੱਗੀਆਂ ਨੇ, ਸਾਰਾ ਕੁਛ ਹੋਇਆ ਹੈ, ਉਹਨਾਂ ਨੂੰ ਕਰਕੇ ਉਹਨਾਂ ਦੇ ਮੈਡੀਕਲ ਕਰਵਾਈਏ, ਕਿਸੇ ਦਾ ਕੁਛ ਨਹੀਂ ਕੀਤਾ। ਫਿਰ ਰਜਿਸਟਰ ਰਣਜੀਤ ਸਿੰਘ ਦੇ ਵਿੱਚ ਜਦੋਂ ਐਫੀਡੇਵਿਟ ਉਹਨੇ ਦਿੱਤਾ ਹੈ ਉਸ ਵਿੱਚ ਇਹ ਗੱਲ ਆਈ ਗਈ ਵੀ ਉਹਦਾ ਬਿਆਨ ਲਿਖ ਕੇ ਅਤੇ ਕੇਸ ਰਜਿਸਟਰ ਕੀਤਾ ਜਾਏ, ਫਿਰ ਇਹ ਰਜਿਸਟਰ ਕੀਤਾ। ਇਹਦੇ 'ਚ ਕੰਵਰ ਵਿਜੇ ਪ੍ਰਤਾਪ ਸਿੰਘ ਦਾ ਕੀ ਕਸੂਰ ਸੀ? ਚੱਲ ਸਾਹਿਬ ਜੀ, ਬੜੀ ਵੱਡੀ ਗੱਲ ਸਾਹਮਣੇ ਆਉਂਦੀ ਆ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਬਾਦਲ ਪਰਿਵਾਰ ਹੈ, ਬਾਦਲ ਸਰਕਾਰ ਸੀਗੀ, ਉਹਦੇ ਵੱਲੋਂ ਉਹਦੇ ਟਾਈਮ ਦੇ ਵਿੱਚ ਸਾਰਾ ਕੁਛ ਹੋਇਆ। ਪਰ ਜੇ ਅਸੀਂ ਹੁਣ ਗੱਲ ਕਰੀਏ ਕਾਂਗਰਸ ਸਰਕਾਰ ਆ ਪੰਜਾਬ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਜਦੋਂ ਆਏ ਸੀ ਤਾਂ ਉਹਨਾਂ ਨੂੰ ਕਿਹਾ ਸੀ ਜੀ ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਮੈਂ ਵੀ ਜੋ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟ ਦਿਆਂਗਾ।
ਪਰ ਹੁਣ ਜਿਹੜੀ ਆ ਕਿ ਉਹ ਸੀਟ ਹੀ ਕੈਂਸਲ ਕਰ ਦਿੱਤੀ, ਚਾਹੇ ਉਹ ਹਾਈ ਕੋਰਟ ਦੇ ਰਾਹੀਂ ਹੋਈ ਹੋਵੇ ਜਾਂ ਕਿਸੇ ਤਰ੍ਹਾਂ ਵੀ ਹੋਵੇ। ਕਹਿਣ ਦਾ ਮਤਲਬ ਇਹ ਹੈ ਕਿ ਸਿੱਖਾਂ ਨੂੰ ਇਨਸਾਫ਼ ਤੋਂ ਫਿਰ ਵਾਂਝਿਆ ਕਿਉਂ ਰੱਖਿਆ ਗਿਆ? ਇਹ ਦੇਖੋ, ਇਹ ਜਿਹੜਾ ਕੈਪਟਨ ਸਾਹਿਬ ਦਾ ਇੱਕ ਬਹੁਤ ਵੱਡਾ ਜਿਹੜਾ ਚੋਣ ਮਨੋਰਥ ਦੇ ਵਿੱਚ ਗੱਲ ਕਹਿੰਦਾ ਸੀ ਵੀ ਮੈਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਉਹਨਾਂ ਨੂੰ ਦਿਨਾਂ ਦੇ ਵਿੱਚ ਫੜ ਕੇ ਅਤੇ ਇਨਸਾਫ਼ ਦੀ ਗੱਲ ਕਰਾਂਗਾ। ਉਹ ਉਹਨਾਂ ਉਹਨੇ ਲੋਕਾਂ ਦੇ ਧਾਰਮਿਕ ਜਿਹੜੇ ਹੈਗੇ ਸੀ ਇਰਾਦੇ ਜਾਂ ਧਾਰਮਿਕ ਸੋਚਣੀ ਸਿੱਖਾਂ ਦੀ, ਉਹਦੇ 'ਤੇ ਇਹ ਜਿਹੜਾ ਹੈ ਉਹਨੇ ਬੜਾ ਵੱਡਾ ਜਿਹੜਾ ਹੈ ਇੱਕ ਪ੍ਰਭਾਵ ਪਾਇਆ ਹੈ। ਲੇਕਿਨ ਉਸ ਝੂਠਾ ਨਿਕਲਿਆ ਹੈ, ਉਹਨੇ ਵੀ ਜਾਣ ਬੁੱਝ ਕੇ ਜਿਹੜੀ ਹੈ ਏਡੀ ਵੱਡੀ ਲੰਬੀ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਕਰਨ ਦਿੱਤੀ ਗਈ ਹੈ। ਜੇ ਹਾਈ ਕੋਰਟ ਇਹ ਕਹਿ ਸਕਦੀ ਹੈ ਵੀ 6 ਮਹੀਨਿਆਂ 'ਚ ਕਰੋ, ਤਾਂ ਸਰਕਾਰ ਕੋਲ ਤਾਂ ਬਹੁਤ ਵੱਡੀ ਪਾਵਰ ਸੀ। ਉਹ ਵੀ ਕਹਿੰਦੀ ਵੀ ਜਿਹਨੂੰ ਸਿੱਟ ਬਣਾਈ ਸੀ ਉਹਨਾਂ ਨੂੰ ਕਹਿੰਦੇ ਵੀ ਇਹਦਾ 2 ਮਹੀਨਿਆਂ 3 ਮਹੀਨਿਆਂ 'ਚ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਪੂਰੀ ਕਰਕੇ ਦਿਓ। ਉਹ ਨਹੀਂ ਦਿੱਤੀ, ਲਮਕਦੀ 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 ਜਿਹੜੀ ਹੈ ਉਦੋਂ ਉਹਦਾ ਨਤੀਜਾ ਨਿਕਲਿਆ ਹੈ ਜਦੋਂ ਨਵੀਆਂ ਚੋਣਾਂ ਜਿਹੜੀਆਂ ਹੈ 6 ਮਹੀਨੇ 'ਚ ਆਉਣ ਵਾਲੀਆਂ ਹੋ ਗਈਆਂ ਨੇ। ਮਤਲਬ ਬਿਲਕੁਲ ਇਹਦਾ ਤਦੇ ਹੀ ਹੈ ਵੀ ਜੇ ਜਿਹੜਾ ਹੈ ਕੈਪਟਨ ਨੇ ਝੂਠ ਬੋਲਿਆ ਹੈ, ਇਹਨਾਂ ਕੈਪਟਨ ਨੇ ਇਹਦੇ 'ਚ ਕੋਈ ਚੰਗੀ ਕਾਰਵਾਈ ਨਹੀਂ ਕਰਾਈ, ਤਦੇ ਜਿਹੜੀ ਹੈਗੀ ਆ ਕਾਂਗਰਸ ਪਾਰਟੀ ਜਿਹੜੀ ਪੰਜਾਬ ਦੀ ਉਹਦੇ 'ਚ ਵੱਡਾ ਵਾਦ ਵਿਵਾਦ ਪੈ ਗਿਆ ਹੈ ਵੀ ਆਪਾਂ ਲੋਕਾਂ ਨਾਲ ਵਾਅਦਾ ਕਰਕੇ ਆਏ ਸੀ, ਆਪਾਂ ਲੋਕਾਂ ਨੂੰ ਇਹ ਦਿੱਤਾ ਸੀ ਵੀ ਅਸੀਂ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਇਹਨਾਂ ਨੂੰ ਇਨਸਾਫ਼ 'ਚ ਲਿਆਵਾਂਗੇ, ਆਪਾਂ ਨਹੀਂ ਕਰ ਪਾਏ। ਲੋਕਾਂ ਨੂੰ ਹੁਣ ਕੀ ਕਰਕੇ ਜਾ ਕੇ ਦੱਸੀਏ? ਲੋਕ ਸਾਨੂੰ ਪੁੱਛਣਗੇ ਵੀ ਦੱਸੋ ਜੀ ਤੁਸੀਂ ਵਾਅਦਾ ਕੀਤਾ ਸੀ, ਹੁਣ ਕਿਉਂ ਤੁਸੀਂ ਨਹੀਂ ਇਹ ਪੂਰਾ ਕੀਤਾ? ਅਤੇ ਇਹਦਾ ਮਤਲਬ ਇਹ ਆਪਾਂ ਝੂਠੇ ਪੈ ਗਏ, ਲੋਕ ਸਾਡਾ ਜਿਹੜਾ ਹੈ ਉਹ ਕਿਸੇ ਤਰ੍ਹਾਂ ਸਾਨੂੰ ਜਿਹੜੀ ਹੁਣ ਮਾਨਤਾ ਨਹੀਂ ਦੇਣਗੇ। ਨਤੀਜਾ ਇਹ ਨਿਕਲਿਆ ਵੀ ਇੱਕ ਜਿਹੜੀ ਹੈ ਜਿਹੜੀ ਕੈਪਟਨ ਦੀ ਗਲਤੀ ਹੈ ਉਹਨੂੰ ਹਾਈ ਕੋਰਟ ਨੇ ਹੋਰ ਉਲਝਾ ਦਿੱਤਾ ਇੱਕ ਫੈਸਲਾ ਦੇ ਕੇ। ਜੇ ਸਿੱਟ ਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਪ੍ਰੋਪਰ ਨਹੀਂ ਸੀ, ਅਤੇ ਇੰਨਾ ਚਿਰ 2018 ਤੋਂ ਲੈ ਕੇ 2021 ਤੱਕ ਇਨਵੈਸਟੀਗੇਸ਼ਨ ਹੁੰਦੀ ਰਹੀ ਹੈ, ਕਿਸੇ ਨੇ ਇਤਰਾਜ਼ ਨਹੀਂ ਉਠਾਇਆ, ਹਾਈ ਕੋਰਟ ਨੇ ਵੀ ਨਹੀਂ ਸਟੇਅ ਦਿੱਤਾ ਵੀ ਇਨਵੈਸਟੀਗੇਸ਼ਨ ਗਲਤ ਹੋ ਰਹੀ ਹੈ ਇਸ ਕਰਕੇ ਤੁਸੀਂ ਬੰਦ ਕਰ ਦਿਓ। ਉਦੋਂ ਮਾਮਲਾ ਜਿਹੜਾ ਹੈ ਗੜਬੜ 'ਚ ਆ ਗਿਆ ਜਾਂ ਉਦੋਂ ਫੈਸਲਾ ਹੋ ਗਿਆ ਹੈ ਜਦੋਂ ਸਾਰਾ ਕੁਝ ਕੰਪਲੀਟ ਹੋ ਗਿਆ, ਇਨਵੈਸਟੀਗੇਸ਼ਨ ਪੂਰੀ ਹੋ ਕੇ ਜਿਹੜੀਆਂ ਹੈ ਅਦਾਲਤ 'ਚ ਚਲਾਨ ਦਿੱਤੇ ਗਏ ਨੇ। ਜਦੋਂ ਕਿ ਚਲਾਨ ਦਿੱਤੇ ਗਏ, ਚਲਾਨ ਦੇ ਵਿੱਚ ਹੁਣ ਅਦਾਲਤ ਜਿਹੜੀ ਉਹਨਾਂ ਕੇਸਾਂ ਦੀ ਜਿਹੜੀ ਸੁਣਵਾਈ ਕਰੇਗੀ ਉਹ ਵੇਖੇਗੀ ਵੀ ਕਿਹੜਾ ਗਲਤ ਗਵਾਹੀ ਹੈ ਕਿਹੜੀ ਠੀਕ ਹੈ। ਜੇ ਗਵਾਹੀਆਂ ਠੀਕ ਹੋਣਗੀਆਂ ਉਹਨਾਂ ਦੇ ਆਧਾਰ 'ਤੇ ਜਿਹੜਾ ਫੈਸਲਾ ਕਰਕੇ ਜੇ ਉਹ ਵੇਖਣਗੇ ਜੇ ਜੱਜ ਸਾਹਿਬਾਨ ਜਿਨ੍ਹਾਂ ਨੇ ਕੇਸ ਕਰਨੇ ਨੇ ਵੀ ਇਹ ਦਰਅਸਲ ਗਵਾਹੀ ਕਾਨੂੰਨੀ ਤੌਰ 'ਤੇ ਠੀਕ ਹੈ, ਇਸ ਕਰਕੇ ਕੈਦ ਹੋ ਜਾਏਗੀ। ਜੇ ਨਾ ਗਵਾਹੀ ਠੀਕ ਲੱਭੀ ਜਾਂਦੀ ਉਹਨਾਂ ਨੂੰ ਬਰੀ ਹੋ ਜਾਣਾ ਸੀ। ਚਾਹ ਸਾਹਿਬ ਵੀ ਬੜੀ ਸੋਚਣ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ ਹੋਵੇ ਬੇਅਦਬੀਆਂ ਦਾ, ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦੇ ਨੇ ਕਿ ਮੈਂ ਸੱਚਾ ਸਿੱਖ ਹਾਂ, ਅਤੇ ਇੱਧਰ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਨੇ ਮੈਂ ਸੱਚਾ ਸਿੱਖ ਹਾਂ, ਪਰ ਇਹ ਇੱਕ ਮਸਲਾ ਜਿਹੜਾ ਹੈ ਇੰਨਾ ਉਲਝਿਆ, ਕਦੇ ਇਹ CBI ਦੇ ਕੋਲ ਚਲ ਗਿਆ, ਕਦੇ CBI ਕੋਲੋਂ ਵਾਪਸ ਲੈ ਲਿਆ ਗਿਆ, ਕਦੇ ਹਾਈ ਕੋਰਟ 'ਚ ਚਲਾ ਗਿਆ, ਕਦੇ ਸਿੱਟਾਂ ਬਣ ਗਈਆਂ, ਅਤੇ ਸਿੱਖਾਂ ਦੇ ਵੱਲੋਂ ਆਏ ਦਿਨ ਰੋਜ਼ ਜਿਹੜੀ ਆ ਕਿ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ, ਧਰਨੇ ਦਿੱਤੇ ਜਾ ਰਹੇ ਨੇ, ਡਾਂਗਾਂ ਖਾਧੀਆਂ ਜਾ ਰਹੀਆਂ ਨੇ, ਕੀ ਐਂਡ ਇਹਦਾ ਰਿਜ਼ਲਟ ਜਿਹੜਾ ਕਿ ਲੈਣ ਲਈ, ਇਨਸਾਫ਼ ਲੈਣ ਲਈ ਸਿੱਖਾਂ ਨੂੰ ਕੀ ਕਰਨਾ ਪਵੇਗਾ? ਕਾਨੂੰਨ ਦੇ ਅਨੁਸਾਰ ਕਿਸ ਤਰ੍ਹਾਂ ਇਹ ਜਿਹੜਾ ਕਿ ਸਾਰਾ ਕਵਰ ਕੀਤਾ ਜਾ ਸਕਦਾ? ਦੇਖੋ, ਜੋ ਪਿਛਲਾ ਇਹਦਾ 2015 ਦੀ ਵਾਕਿਆ ਹੋਣ ਅਤੇ 2021 'ਚ ਆ ਗਏ ਹਾਂ, 2022 ਜਿਹੜਾ ਹੈ ਉਹ ਆਉਣ ਨੂੰ ਤਿਆਰ ਹੈ। ਜੇ ਇੰਨੇ ਲੰਬੇ ਸਮੇਂ ਦੇ ਵਿੱਚ ਇਹਦਾ ਇਨਸਾਫ਼ ਨਹੀਂ ਮਿਲਿਆ ਤਾਂ ਆਉਣ ਵਾਲਾ ਸਮਾਂ ਵੀ ਜਿਹੜਾ ਕੋਈ ਇੰਨਾ ਸਾਜ਼ਗਾਰ ਨਹੀਂ ਜਾਪਦਾ ਵੀ ਇਹਦੇ ਇਨਸਾਫ਼ ਮਿਲ ਜਾਵੇਗਾ। ਸਭ ਤੋਂ ਵੱਡੀ ਘਾਟ ਜਿਹੜੀ ਇਹਦੇ ਵਿੱਚ ਹੈ ਇਹ ਰਾਜਨੀਤਿਕ ਲੋਕਾਂ ਦੀ ਬੇਈਮਾਨੀ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਾਨ ਸਤਿਕਾਰ ਦੀ ਗੱਲ ਨਹੀਂ ਕਰਦੇ, ਉਹ ਇਹ ਗੱਲ ਕਰਦੇ ਨੇ ਸਾਨੂੰ ਤਾਕਤ ਕਿੱਦਾਂ ਮਿਲ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਕੋਈ ਇੱਕ ਅਜੀਬ ਦੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ ਹੈ ਵੀ ਸਾਨੂੰ ਜੇ ਫੜ ਕੇ ਤਾਕਤ ਮਿਲਣ ਦੀ ਗੱਲ ਹੈ ਤਾਂ ਕੈਪਟਨ ਕਹਿ ਦਿੰਦਾ ਮੈਂ ਕੁਝ ਦਿਨਾਂ 'ਚ ਫੜ ਕੇ ਜਿਹੜਾ ਹੈ ਕੈਦ ਕਰ ਦੂੰਗਾ, ਕਰਵਾ ਦੂੰਗਾ ਜਾਂ ਕੇਸ ਬਣਾ ਦੂੰਗਾ। ਅਤੇ ਬਾਦਲ ਹੋਣਾ ਦੀ ਲਗਭਗ 2.5-3 ਸਾਲ ਜਿਹੜੀ ਹੈ ਉਹਨਾਂ ਦੀ ਚੁੱਪ ਜਿਹੜੀ ਹੈ, ਇਹਦੇ 'ਤੇ ਕੋਈ ਨਹੀਂ ਬੋਲੇ, ਸਾਰੇ ਦਾ ਸਾਰਾ ਪੰਜਾਬ ਜਿਹੜਾ ਅੱਗ 'ਚ ਜਲਾ ਦਿੱਤਾ ਉਹਨਾਂ ਨੇ। ਇਹਦਾ ਮਤਲਬ ਉਹ ਇੰਨੇ ਹੀ ਬੇਈਮਾਨ ਸਨ ਵੀ ਉਹ ਇਸ ਮਾਮਲੇ ਦੀ ਨਹੀਂ ਸੀ ਤਫਤੀਸ਼ ਕਰਵਾਉਣਾ ਚਾਹੁੰਦੇ, ਕਿਉਂਕਿ ਉਹਨਾਂ ਦੀਆਂ ਵੋਟਾਂ ਜਿਹੜੀਆਂ ਹੈ
ਇਹ ਡੇਰੇ 'ਤੇ ਗੱਲ ਜਾਣੀ ਸੀ, ਡੇਰੇ 'ਤੇ ਗੱਲ ਜਾ ਰਹੀ ਹੈ ਹੁਣ ਵੀ। ਜਿਹੜੀ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਇਨਵੈਸਟੀਗੇਸ਼ਨ ਕੀਤੀ ਆ, ਉਹਦੀ ਸੂਈ ਜਿਹੜੀ ਹੈਗੀ ਆ ਉਹ ਡੇਰੇ 'ਤੇ ਜਾਂਦੀ ਵੀ ਉਹਨਾਂ ਨੇ ਕੀਤੀ। ਜਦੋਂ ਉਹ ਮੰਨਦੇ ਨੇ ਵੀ ਅਸੀਂ ਕੀਤੀ ਹੈ ਤਾਂ ਫਿਰ ਤਾਂ ਬੰਦੇ ਹੀ ਲੱਭਣ ਦੀ ਗੱਲ ਹੈ। ਇਸੇ ਤਰ੍ਹਾਂ ਜਿਹੜਾ ਹੈਗਾ ਦੇਖੀਏ ਇਹਨਾਂ ਦਾ